ਕਨੈਕਟ ਐਫ ਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਮਨਪ੍ਰੀਤ ਰੰਦਾਵਾ ਬੀਤੇ ਸੋਵਾਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਜਿਹੜੇ ਇੰਡੀਆ ਅਲਾਈਅੰਸ ਦੇ ਬਹੁਤ ਪ੍ਰਮੁੱਖ 파ਟਨਰ ਆ ਬਹੁਤ ਪ੍ਰਮੁੱਖ ਚਿਹਰਾ ਔਰ ਜਿਨ੍ਹਾਂ ਨੇ ਇਸ ਅਲਾਈਅੰਸ ਨੂੰ ਬਣਾਉਣ ਦੇ ਵਿੱਚ ਆਪਣੀ ਬਹੁਤ ਮੁੱਖ ਭੂਮਿਕਾ ਜਿਹੜੀ ਹੈ ਉਹ ਨਿਭਾਈ ਹੈ ਇਹ ਸਾਰਿਆਂ ਨੂੰ ਆਪਾਂ ਨੂੰ ਪਤਾ ਪਰ ਬੀਤੇ ਸੋਵਾਰ ਉਹਨਾਂ ਨੇ ਇੱਕ ਇਹੋ ਜਿਹਾ ਫੈਸਲਾ ਲਿਆ ਔਰ ਉਸ ਨੂੰ ਜਨਤਕ ਕੀਤਾ ਮੈਂ ਗੱਲ ਕਰ ਰਿਹਾ ਜਿਸ ਤਰ੍ਹਾਂ ਉਹਨਾਂ ਨੇ ਜਾਤ ਤੇ ਆਧਾਰ ਤੇ ਇੱਕ ਸੈਂਸਸ ਕਰਵਾਇਆ ਸੀ ਬਿਹਾਰ ਨੇ ਜਾਤ ਦੇ ਆਧਾਰ ਤੇ ਜਨਗਣਨਾ ਕਰਵਾਈ ਸੀ ਉਸ ਦੇ ਅੰਕੜੇ ਜਾਰੀ ਜਦੋਂ ਉਹਨਾਂ ਨੇ ਕੀਤੇ ਤੇ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰੋਂ ਖੰਨੇ ਚਿਤ ਹੋ ਗਏ ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਇਸ ਉੱਤੇ ਰਿਐਕਟ ਕਿਸ ਤਰ੍ਹਾਂ ਕਰੀਏ ਇਹਦਾ ਜਵਾਬ ਕਿਸ ਤਰ੍ਹਾਂ ਦੇਈਏ ਹਜੇ ਉਹ ਸੰਭਲੇ ਵੀ ਨਹੀਂ ਸੀ ਕੇ ਬੀਤੇ ਮੰਗਲਵਾਰ ਨੂੰ ਇਸੇ ਨਿਤਿਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਨੇ ਆਪਣੀ ਕੈਬਨਿਟ ਦੇ ਵਿੱਚ ਇੱਕ ਹੋਰ ਫੈਸਲਾ ਲੈ ਲਿਆ ਜਿਉਂ-ਜਿਉਂ ਉਹਨਾਂ ਤੇ ਇਲਜ਼ਾਮ ਲੱਗ ਰਹੇ ਸੀ ਕਿ ਦੇਖੋ ਜੀ ਨਿਤਿਸ਼ ਕੁਮਾਰ ਨੇ ਤਾਂ ਪਿਛੜਿਆਂ ਦੀ ਰਾਜਨੀਤੀ ਸ਼ੁਰੂ ਕਰਤੀ ਆ ਇਹਨਾਂ ਨੇ ਤਾਂ ਦਲਿਤਾਂ ਦੀ ਰਾਜਨੀਤੀ ਸ਼ੁਰੂ ਕਰਤੀ ਆ ਇਹਨਾਂ ਨੇ ਤਾਂ ਮੰਡਲ ਦੀ ਰਾਜਨੀਤੀ ਸ਼ੁਰੂ ਕਰਤੀ ਆ ਉਹਨਾਂ ਦੇ ਨਾਲ ਦੀ ਨਾਲ ਕੈਬਨਿਟ ਚ ਫੈਸਲਾ ਲੈ ਲਿਆ ਕਿ ਉਹਨਾਂ ਉੱਚੀਆਂ ਜਾਤਾਂ ਨੂੰ ਉਹਨਾਂ ਸਵਰਨ ਜਾਤਾਂ ਨੂੰ ਜਿਨ੍ਹਾਂ ਦੇ ਲੋਕ ਪਿੱਛੇ ਰਹਿ ਗਏ ਨੇ ਗਰੀਬੀ ਕਰਕੇ ਉਹਨਾਂ ਨੂੰ ਵੀ ਅਸੀਂ 10% ਦੀ ਰਾਖਵਾ ਕਰਨ ਜਾਂ 10% ਦੀ ਰਿਜ਼ਰਵੇਸ਼ਨ ਦਵਾਂਗੇ ਇਹ ਦੂਸਰਾ ਜਿਸ ਤਰ੍ਹਾਂ ਇਹ ਮਾਸਟਰ ਸਟ੍ਰੋਕ ਆਇਆ ਭਾਰਤੀ ਜਨਤਾ ਪਾਰਟੀ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਇੱਥੋਂ ਤੱਕ ਕਿ ਆਰਐਸਐਸ ਫੇਰ ਹਿੱਲ ਗਿਆ ਕਿ ਇਸ ਉੱਤੇ ਕਹਿਣਾ ਕੀ ਹੈ ਅਸੀਂ ਕਿਤਰਾ ਰਿਐਕਟ ਕਰੀਏ ਵੈਸੇ ਇਹ ਗੱਲ ਹੁਣ ਹੋਰ ਵੀ ਅੱਗੇ ਵਧੇਗੀ ਕਿਉਂਕਿ ਪੰਜਾਬ ਦੇ ਵਿੱਚੋਂ ਜਾਂ ਹੋਰ ਰਾਜਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਉੱਥੇ ਵੀ ਉਹਨਾਂ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਜਨਗਣਨਾ ਜਾਂ ਜਾਤ ਦੇ ਆਧਾਰ ਤੇ ਸੈਂਸਸ ਕਰਵਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਕਿ ਉਹਨਾਂ ਨੂੰ ਇਸ ਆਧਾਰ ਤੇ ਕਿੰਨਾ ਕੁ ਰਾਖਵਾਕਰਨ ਮਿਲਣਾ ਕਿੰਨਾ ਕੁ ਉਹਨਾਂ ਦੀ ਰਿਜ਼ਰਵੇਸ਼ਨ ਆ ਤਾਂ ਕਿ ਉਸ ਹਿਸਾਬ ਦੇ ਨਾਲ ਉਹ ਆਪਣੀ ਤਿਆਰੀ ਕਰਨ ਜਾਂ ਉਸੇ ਹਿਸਾਬ ਦੇ ਨਾਲ ਆਪਣੇ ਅਧਿਕਾਰਾਂ ਦੀ ਮੰਗ ਕਰਨ ਬੀਤੇ ਕੱਲ ਮੀਡੀਆ ਤੇ ਵੀ ਇੱਕ ਹਮਲਾ ਹੋਇਆ ਔਰ ਜਿਸ ਤਰ੍ਹਾਂ ਪੱਤਰਕਾਰਾਂ ਨੂੰ ਬੁੱਧੀਜੀਵੀਆਂ ਨੂੰ ਰਾਈਟਰਸ ਨੂੰ ਇਹਨਾਂ ਦੇ ਵਿੱਚੋਂ ਕਈ ਹਿਸਟੋਰੀਅਨ ਵੀ ਸੀ ਇਹਨਾਂ ਨੂੰ ਜਿਸ ਤਰ੍ਹਾਂ ਨਿਊਜ਼ ਕਲਿੱਕ ਦੇ ਨਾਲ ਇੱਕ ਜਿਹੜਾ ਨਿਊਜ਼ ਵੈੱਬਸਾਈਟ ਆ ਉਸ ਦੇ ਨਾਲ ਸੰਬੰਧ ਹੋਣ ਕਰਕੇ ਇਹਨਾਂ ਨੂੰ ਡੀਟੇਨ ਕੀਤਾ ਗਿਆ ਦੋ ਵੈਸੇ ਗ੍ਰਿਫਤਾਰੀਆਂ ਵੀ ਹੋ ਗਈਆਂ ਨੇ ਇਸ ਨਾਲ ਲੱਗਦਾ ਕਿਤੇ ਨਾ ਕਿਤੇ মিডিਆ ਤੇ ਸਿੱਧਾ ਹਮਲਾ ਔਰ ਖਾਸ ਤੌਰ ਤੇ ਸਨ 2024 ਤੋਂ ਪਹਿਲਾਂ ਜਿਹੜੀਆਂ ਚੋਣਾਂ ਹੋਣੀਆਂ ਨੇ ਪੰਜ ਰਾਜਾਂ ਦੀਆਂ ਉਹਨਾਂ ਨੂੰ ਵੀ ਲੈ ਲਓ ਤੇ ਲੋਕ ਸਭਾ ਦੀਆਂ ਚੋਣਾਂ ਤਾਂ ਹੋਣੀਆਂ ਹੀ ਹੋਣੀਆਂ ਨੇ ਇਸ ਦੌਰਾਨ ਕਿਤੇ মিডিਆ ਨੂੰ ਇੱਕ ਸੁਨੇਹਾ ਤਾਂ ਨਹੀਂ ਦਿੱਤਾ ਜਾ ਰਿਹਾ ਕਿ ਆਪਣੇ ਆਪ 'ਚ ਰੋ ਜਿਆਦਾ ਬੋਲਣ ਦੀ ਕੋਸ਼ਿਸ਼ ਨਾ ਕਰੋ ਵੈਸੇ ਇਸ ਨਾਲ ਭਾਰਤ ਦੇ ਲੋਕਤੰਤਰ ਜਾਂ ਕਿਸੇ ਵੀ ਲੋਕਤੰਤਰ ਨੂੰ ਖਤਰਾ ਹੋ ਸਕਦਾ ਕਿਉਂਕਿ ਜੇ মিডিਆ ਕੋਈ ਆਵਾਜ਼ ਬੁਲੰਦ ਨਹੀਂ ਕਰੂਗਾ ਕਿਸੇ ਦੀ ਕਿਸੇ ਦੀ ਗੱਲ ਹੀ ਨਾ ਕਰੂਗਾ ਤੇ ਫਿਰ ਜਿਹੜਾ ਲੋਕਤੰਤਰ ਆ ਜਿਹੜੀ ਲੋਕਾਂ ਦੀ ਆਵਾਜ਼ ਆ ਉਹ ਇੱਕ ਤਰ੍ਹਾਂ ਦੀ ਦੱਬੇ ਜਾਊਗੀ ਤੇ ਗੱਲ ਨਾਲ ਇਹ ਵੀ ਕਰਾਂਗੇ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਪਿਛਲੇ 2 ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਨੇ ਔਰ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਉਹ ਲਗਾਤਾਰ ਸੇਵਾ ਕਰ ਰਹੇ ਨੇ ਕਦੇ ਉਹਨਾਂ ਨੂੰ ਜੋੜਾ ਘਰ ਦੇ ਵਿੱਚ ਦੇਖਿਆ ਜਾਂਦਾ ਉੱਥੇ ਜੋੜਿਆਂ ਦੀ ਸੇਵਾ ਕਰ ਰਹੇ ਹੁੰਦੇ ਆ ਕਦੇ ਉਹ ਲੰਗਰ ਵਰਤਾ ਰਹੇ ਹੁੰਦੇ ਆ ਤੇ ਕਦੇ ਉਹ ਪਾਲਕੀ ਸਾਹਿਬ ਦੀ ਸੇਵਾ ਕਰ ਰਹੇ ਹੁੰਦੇ ਆ ਆਖਿਰਕਾਰ ਰਾਹੁਲ ਗਾਂਧੀ ਹੈ ਤਾਂ ਸਿਆਸਤਦਾਨ ਹੀ ਨਾ ਸੋ ਇਸ ਕਰਕੇ ਜਿਹੜੀਆਂ ਉਹਨਾਂ ਦੀਆਂ ਵਿਰੋਧੀ ਪਾਰਟੀਆਂ ਨੇ ਕਾਂਗਰਸ ਦੀਆਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਸ ਸਿਆਸਤਦਾਨ ਦੇ ਖਿਲਾਫ ਕਿਉਂਕਿ ਉਹ ਇੱਕ ਧਾਰਮਿਕ ਥਾਂ ਤੇ ਬੈਠਾ ਅਸੀਂ ਰਿਐਕਟ ਕਿਸ ਤਰ੍ਹਾਂ ਕਰੀਏ ਕੋਸ਼ਿਸ਼ ਜ਼ਰੂਰ ਕੀਤੀ ਆ ਪਰ ਕੀ ਉਨ੍ਹਾਂ ਦੀ ਇਹ ਜਿਹੜੀਆਂ ਟਿੱਪਣੀਆਂ ਨੇ ਰਾਹੁਲ ਗਾਂਧੀ ਜਾਂ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਉਹ ਟੁਕਮੀਆਂ ਟਿੱਪਣੀਆਂ ਨੇ ਜਾਂ ਕਿਤੇ ਟਿਕਦੀਆਂ ਵੀ ਆ ਜਾਂ ਨਹੀਂ ਨਿਤਿਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਤੇ ਉਹਨਾਂ ਦੇ ਨਾਲ ਤੇਜਸਵੀ ਯਾਦਵ ਉਹਨਾਂ ਦੇ ਡਿਪਟੀ ਮੁੱਖ ਮੰਤਰੀ ਨੇ ਲਾਲੂ ਪ੍ਰਸਾਦ ਯਾਦਵ ਦੀ ਇਹ ਪਾਰਟੀ ਆ ਤੇ ਬੀਤੇ 2 ਦਿਨਾਂ ਦੇ ਦੌਰਾਨ ਦੋ ਐਸੇ ਫੈਸਲੇ ਲਏ ਗਏ ਇਹਨਾਂ ਵੱਲੋਂ ਕਿ ਜਿਨੇ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਨੂੰ ਹਿਲਾ ਕੇ ਰੱਖਤਾ ਭਾਰਤ ਦੇ ਪ੍ਰਧਾਨ ਮੰਤਰੀ ਵੀ ਤੁਸੀਂ ਦੇਖੋਗੇ ਅੱਜਕੱਲ ਕਾਫੀ ਉਹ ਉਹਨਾਂ ਦੇ ਚਿਹਰੇ ਤੇ ਚਿੰਤਾ ਝਲਕਦੀ ਆ ਕਾਫੀ ਉਹ ਚਿੰਤਾ ਦੇ ਵਿੱਚ ਲੱਗਦੇ ਨੇ ਤੇ ਅਕਸਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਵੀ ਕਰਦੇ ਆ ਜ ਜਦੀ ਬਾਅਦ ਦੇ ਵਿੱਚ ਬਹੁਤ ਆਲੋਚਨਾ ਵੀ ਹੁੰਦੀ ਆ ਖੈਰ ਆਰਐਸਐਸ ਨੇ ਉਹਨਾਂ ਨੂੰ ਹਜੇ ਤੱਕ ਸਮਝਾਇਆ ਰਾਸ਼ਟਰੀ ਸਵੈਮ ਸੇਵਕ ਸੰਗ ਨੇ ਕਿ ਤੁਸੀਂ ਹਜੇ ਯਾਨਕੀ ਆਰਐਸਐਸ ਕਹਿ ਰਹੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਹਜੇ ਤੁਸੀਂ ਨਾ ਤਾਂ ਜਿਹੜਾ ਓਬੀਸੀ ਦਾ ਨਵਾਂ ਇੱਕ ਜਾਤ ਦੇ ਆਧਾਰ ਤੇ ਸੈਂਸਸ ਆ ਉਸ ਤੇ ਤੇ ਨਾ ਹੀ ਜਿਹੜਾ ਨਿਤਿਸ਼ ਕੁਮਾਰ ਨੇ ਇਕਨੋਮਿਕਲੀ ਵੀਕਰ ਸੈਕਸ਼ਨਸ ਨੂੰ ਇਹਨਾਂ ਨੂੰ ਜਿਹੜਾ ਰਾਖਵਾ ਕਰਨ ਦਿੱਤਾ ਇਹ ਜਿਸ ਤਰ੍ਹਾਂ ਦੀ ਰਿਜ਼ਰਵੇਸ਼ਨ ਦਿੱਤੀ ਹੈ ਇਸ ਤੇ ਤੁਸੀਂ ਹਜੇ ਬਿਲਕੁਲ ਨਹੀਂ ਬੋਲਣਾ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਦੇਣਾ ਕਿਉਂਕਿ ਹਜੇ ਇਹ ਆਪਣੀ ਸਟ੍ਰੈਟਜੀ ਬਣਾ ਰਹੇ ਨੇ ਤੁਹਾਨੂੰ ਇਹ ਵੀ ਦੱਸਦਾ ਕਿ ਅੱਜ ਤੱਕ ਜਦੋਂ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਹਾਸਲ ਕੀਤੇ ਨੇ ਪੂਰੇ ਭਾਰਤ ਦੇ ਵਿੱਚ ਚਾਹੇ ਉਹ ਸਨ 2014 ਚ ਹੋਣ ਤੇ ਚਾਹੇ ਉਹ ਸਨ 2019 ਦੇ ਵਿੱਚ ਹੋਣ ਉਹ ਸਾਰੇ ਦੇ ਸਾਰੇ ਜਿਹੜਾ ਮੈਕਸਿਮਮ ਵੋਟ ਬੈਂਕ ਸੀ ਉਹਨਾਂ ਦਾ ਉਹ ਸੀ OBC ਦਾ ਅਦਰ ਬੈਕਵਰਡ ਕਲਾਸਿਸ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਲੇਮ ਕਰਦੇ ਨੇ ਆਪਣੇ ਆਪ ਨੂੰ ਪਛੜੀਆਂ ਸ਼੍ਰੇਣੀਆਂ ਦਾ ਦੱਸਦੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਕਹਿੰਦੇ ਮੈਂ ਤਾਂ ਚਾਹ ਵੇਚਦਾ ਹੁੰਦਾ ਸੀ ਔਰ ਰੇਲਵੇ ਸਟੇਸ਼ਨ ਤੇ ਚਾਹ ਵੇਚਦਾ ਹੁੰਦਾ ਸੀ ਹਾਲਾਂਕਿ ਬਾਦ ਦੇ ਵਿੱਚ ਆਰਟੀਆਈ ਐਪਲੀਕੇਸ਼ਨਸ ਬਹੁਤ ਲਾਈਆਂ ਗਈਆਂ ਕਿ ਇਹਨਾਂ ਕੋ ਪ੍ਰਮਾਨ ਨਹੀਂ ਸਾਹਮਣੇ ਆਏ ਪਰ ਫਿਰ ਵੀ ਲੋਕ ਮੰਨਦੇ ਨੇ ਇਸ ਦੇ ਬਾਵਜੂਦ ਉਹਨਾਂ ਨੇ ਇਹ ਸਾਰੀ ਰਾਜਨੀਤੀ ਕੀਤੀ ਆ ਕਿ ਜੇ ਸਨ 2014 ਦੇ ਵਿੱਚ ਇਸੇ ਭਾਰਤੀ ਜਨਤਾ ਪਾਰਟੀ ਨੂੰ 32% ਦੀ ਵੋਟਾਂ ਆਈਆਂ ਸੀ ਪੂਰੀਆਂ ਵੋਟਾਂ ਦੇ ਵਿੱਚੋਂ ਸਨ 2019 ਦੇ ਵਿੱਚੋਂ ਇਹੀ ਬੀਜੇਪੀ ਨੇ 37% ਦੀ ਵੋਟਾਂ ਲਈਆਂ ਨੇ ਯਾਨੀ ਕਿ ਪੂਰਨ ਬਹੁਮਤ ਤੇ ਕਿ ਲਈਆਂ ਕਿਦੇ ਸਿਰ ਤੇ ਨੇ ਇਸੇ OBC ਜਾਂ ਬੈਕਵਰਡ ਕਲਾਸਿਸ ਜਾਂ ਪਛੜੀਆਂ ਸ਼੍ਰੇਣੀਆਂ ਤੇ ਹੁਣ ਹੋਇਆ ਕਿ ਪਿਛਲੇ 9.5 ਸਾਲਾਂ ਦੇ ਵਿੱਚ ਇਸ ਦਾ ਕੋਈ ਚੈਲੰਜ ਨਹੀਂ ਸੀ ਹੋਇਆ ਤੇ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਚੈਲੰਜ ਹੋ ਗਿਆ ਕਿ ਹੁਣ ਇਸ ਦਾ ਬਣੂਗਾ ਕੀ ਹੁਣ ਤੁਸੀਂ ਦੇਖੋ ਨਿਤਿਸ਼ ਕੁਮਾਰ ਪੁਰਾਣੀ ਖਿਡਾਰੀ ਨੇ 1998 ਤੋਂ ਲੈ ਕੇ ਸੰਨ 2023 ਤੇ ਆਪਾਂ ਖੜੇ ਆ ਇਹ ਲਗਾਤਾਰ ਮੁੱਖ ਮੰਤਰੀ ਨੇ ਜੇ ਤੁਸੀਂ ਸਾਰਾ ਸਮਾਂ ਲਾਓ ਤਾਂ ਲਗਭਗ 25 ਸਾਲ ਬਣ ਜਾਂਦੇ ਨੇ ਤੇ ਕਿਸੇ ਨਾ ਕਿਸੇ ਨਾਲ ਰਲ ਕੇ ਚਾਹੇ ਉਹ ਲਾਲੂ ਪ੍ਰਸਾਦ ਯਾਦਵ ਹੋਣ ਚਾਹੇ ਤੇ ਜੈਸਵੀ ਯਾਦਵ ਹੋਣ ਤੇ ਚਾਹੇ ਹੋਵੇ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਸਰਕਾਰ ਬਣਾਉਣਾ ਇਹਨਾਂ ਨੂੰ ਆਉਂਦਾ ਖਿਡਾਰੀ ਨੇ ਪਰ ਇਸ ਦੌਰਾਨ ਸ਼ਾਇਦ ਭਾਰਤੀ ਜਨਤਾ ਪਾਰਟੀ ਨੇ ਜਾਂ ਨਰਿੰਦਰ ਮੋਦੀ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਇਹੀ ਨਿਤਿਸ਼ ਕੁਮਾਰ ਕੋਈ ਐਡੀ ਵੱਡੀ ਖੇਡ ਖੇਡ ਜਾਣਗੇ ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਜਿੰਨੇ ਵੀ ਬੀਜੇਪੀ ਲੀਡਰਸ ਦੇ ਨਾਲ ਗੱਲ ਕਰ ਲਓ ਜਾਂ ਆਰਐਸਐਸ ਦੇ ਲੋਕਾਂ ਨਾਲ ਗੱਲ ਕਰ ਲਓ ਇਹੀ ਕਹਿੰਦੇ ਨੇ ਕਹਿੰਦੇ ਜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸੀ ਤੌਰ ਤੇ ਕਿਸੇ ਤੋਂ ਡਰਦੇ ਨੇ ਉਹ ਕੇਵਲ ਤੇ ਕੇਵਲ ਨਿਤਿਸ਼ ਕੁਮਾਰ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਸਿਆਸੀ ਤੌਰ ਤੇ ਨਿਤਿਸ਼ ਕੁਮਾਰ ਬਹੁਤ ਡੂੰਗੇ ਨੇ ਤੁਸੀਂ ਇੱਕ ਗੱਲ ਯਾਦ ਕਰੋ ਪਿਛਲੇ ਦਿਨੀ ਜਦੋਂ ਸਪੈਸ਼ਲ ਸੈਸ਼ਨ ਹੋਇਆ ਸੀ ਔਮਨ ਰਿਜ਼ਰਵੇਸ਼ਨ ਦੀ ਗੱਲ ਹੋਈ ਸੀ ਰਾਖਵੇਂ ਕਰਨ ਦੀ ਗੱਲ ਹੋਈ ਸੀ ਤੇ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਕਹਿਤੀ ਸੀ ਕਹਿੰਦੇ ਜਿਹੜਾ ਤੁਹਾਡਾ ਪਹਿਲੀ ਗੱਲ ਤਾਂ ਜਿਹੜਾ ਰਾਖਵਾ ਕਰਨ ਤੁਸੀਂ ਲੈ ਕੇ ਆਂਦਾ ਇਹਦੇ ਵਿੱਚ OBC ਲਈ ਅਦਰਡ ਬੈਕਵਰਡ ਕਲਾਸਿਸ ਲਈ ਇਹਨਾਂ ਦੇ ਵਿੱਚ ਕੋਈ ਸਥਾਨ ਹੀ ਨਹੀਂ ਆ ਘਟੋ-ਘਟ ਪਹਿਲਾਂ ਉਹਨਾਂ ਨੂੰ ਉਹਨਾਂ ਨੂੰ ਸਥਾਨ ਦਓ ਫਿਰ ਤੁਹਾਡੇ ਇਹ ਸਾਰੀ ਚੀਜ਼ ਕੰਪਲੀਟ ਹੁੰਦੀ ਆ ਇਸ ਤੇ ਅੱਜ ਤੱਕ ਬੀਜੇਪੀ ਜਾਂ ਆਰਐਸਐਸ ਕੁਝ ਬੋਲੀ ਨਹੀਂ ਐ ਚੁੱਪ ਹੀ ਕਰ ਗਏ ਆ ਤੇ ਦੂਸਰੀ ਗੱਲ ਉਹਨਾਂ ਨੇ ਕਹੀ ਸੀ ਕਿ ਜਿਹੜਾ ਸਨ 2011 ਦੇ ਵਿੱਚ ਸੈਂਸਸ ਕਰਵਾਇਆ ਗਿਆ ਜਾਤ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਉਸ ਨੂੰ ਜਨਤਕ ਕਰੋ ਸਨ 2011 ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਤਾਂ ਕੋਈ ਸੈਂਸਸ ਹੋਇਆ ਹੀ ਨਹੀਂ ਉਸ ਉੱਤੇ ਵੀ ਅੱਜ ਤੱਕ ਬੀਜੇਪੀ ਬਿਲਕੁਲ ਚੁੱਪਾ ਇਹ ਆਰਐਸਐਸ ਵੀ ਕੁਛ ਨਹੀਂ ਬੋਲਦੀ ਵੈਸੇ ਤੁਸੀਂ ਇੱਕ ਚੀਜ਼ ਦੇਖੋ ਕਈ ਵਾਰੀ ਅਕਸਰ ਇਥੇ ਗੱਲ ਕੀਤੀ ਜਾਂਦੀ ਹੈ ਕਿਉਂਕਿ ਭਾਜਪਾ ਵੀ ਇਹੀ ਕਹਿੰਦੀ ਹੈ ਕਿਉਂਕਿ ਭਾਜਪਾ ਜਾਂ ਆਰਐਸਐਸ ਰਾਖਵੇਂ ਕਰਨ ਦੇ ਵਿਰੋਧਾਤ ਕਹਿੰਦੇ ਜਾਤਾਂ ਦੀ ਗੱਲ ਨਾ ਕਰੋ ਅਸੀਂ ਜਾਤਾਂ 'ਚ ਵੰਡਣਾ ਨਹੀਂ ਤੇ ਸਚਾਈ ਇਹ ਆ ਭਾਰਤ ਦੀ ਕਿ ਭਾਰਤ ਦਾ ਜਿਹੜਾ ਕਨਸਟੀਟਿਊਸ਼ਨ ਆ ਭਾਰਤ ਦਾ ਸੰਵਿਧਾਨ ਆ ਉਹ ਸਾਰਿਆਂ ਨੂੰ ਜਾਤਾਂ ਦੇ ਆਧਾਰ ਤੇ ਤਾਂ ਰਾਖਵਾ ਕਰਨ ਦਿੰਦਾ ਜਾਂ ਤਾਂ ਤੁਸੀਂ ਇਹਨੂੰ ਸੰਵਿਧਾਨ 'ਚੋਂ ਜਾਂ ਇਸ ਨੂੰ ਖਤਮ ਹੀ ਕਰ ਦਿਓ ਕਿ ਅਸੀਂ ਇਸ ਦਾ ਰਾਖਵਾ ਕਰਨ ਨਹੀਂ ਦੇਣਾ ਵੈਸੇ ਇਕੱਲਾ ਭਾਰਤ ਨਹੀਂ ਆ ਭਾਰਤ ਦੇ ਵਿੱਚ ਕਾਸ ਸਿਸਟਮ ਆ ਤੁਸੀਂ ਬਾਕੀ ਮੁਲਕਾਂ ਦੇ ਵਿੱਚ ਵੀ ਚਲੇ ਜਾਓ ਤੁਸੀਂ ਅਮਰੀਕਾ ਦੀ ਗੱਲ ਕਰ ਲਓ ਤੁਸੀਂ ਯੂਕੇ ਦੀ ਗੱਲ ਕਰ ਲਓ ਯੂਨਾਈਟਿਡ ਕਿੰਗਡਮ ਦੀ ਮੈਂ ਗੱਲ ਕਰ ਰਿਹਾ ਤੁਸੀਂ ਆਸਟ੍ਰੇਲੀਆ ਦੀ ਗੱਲ ਕਰ ਲਓ ਤੁਸੀਂ ਨਿਊਜ਼ੀਲੈਂਡ ਦੀ ਗੱਲ ਕਰ ਲਓ ਫਰਾਂਸ ਜਰਮਨੀ ਯੂਰਪ ਦੇ ਵਿੱਚ ਵੀ ਚਲੇ ਜਾਓ ਸਾਰੇ ਕਿਤੇ ਅਫਰਮੇਟਿਵ ਐਕਸ਼ਨ ਆ ਨਾ ਮੀ ਕੇਵਲ ਬਦਲਿਆ ਹੋਇਆ ਜਿਹੜੇ ਲੋਕ ਉੱਥੇ ਸਦੀਆਂ ਤੋਂ ਪੜਤਾਲਿਤ ਰਹੇ ਨੇ ਜਿਨ੍ਹਾਂ ਨੂੰ ਬਣਦਾ ਸਥਾਨ ਨਹੀਂ ਮਿਲਿਆ ਜਿਨ੍ਹਾਂ ਨੂੰ ਵੱਡੇ ਲੋਕਾਂ ਵੱਲੋਂ ਅਪਰ ਕਲਾਸਿਸ ਵੱਲੋਂ ਜਾਂ ਇੱਥੇ ਕਹਿ ਲਓ ਇਸ ਸੰਦਰਭ ਦੇ ਵਿੱਚ ਉੱਚੀਆਂ ਜਾਤਾਂ ਵੱਲੋਂ ਲਗਾਤਾਰ ਸਦੀਆਂ ਤੱਕ ਪੜਤਾਰਿਤ ਕੀਤਾ ਗਿਆ ਜਾਂ ਵਿਕਟਿਮਾਈਜ਼ ਕੀਤਾ ਗਿਆ ਜਾਂ ਨਿਸ਼ਾਨਾ ਬਣਾਇਆ ਗਿਆ ਸਾਰੇ ਲੋਕ ਸਾਰੇ ਦੁਨੀਆ ਦੇ ਮੁਲਕ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਉੱਤੇ ਚੱਕਣਾ ਚਾਹੁੰਦੇ ਆ ਚਾਹੇ ਉਹ ਬਲੈਕਸ ਹੋਣ ਐਬਰੋਜਨਲਸ ਹੋਣ ਉਹਨਾਂ ਨੂੰ ਆਸਟ੍ਰੇਲੀਆ ਦੀ ਗੱਲ ਕਰ ਲਓ ਚਾਹੇ ਨਿਊਜ਼ੀਲੈਂਡ ਦੇ ਵਿੱਚ ਮੌਰੀਜ਼ ਹੋਣ ਉਹਨਾਂ ਨੂੰ ਵੀ ਚੱਕਿਆ ਜਾਂਦਾ ਫਰਸਟ ਨੇਸ਼ਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਕਈ ਮੁਲਕਾਂ ਦੇ ਵਿੱਚ ਆ ਜਿਹੜੇ ਖਾਸ ਤੌਰ ਤੇ ਜੰਗਲਾਂ 'ਚ ਰਹਿੰਦੇ ਨੇ ਆਦੀਵਾਸੀ ਨੇ ਟ੍ਰਾਈਬਲਸ ਨੇ ਇਹੀ ਚੀਜ਼ ਆ ਐਸਸੀ ਐਸਟੀ ਦੀ ਦਾ ਇੱਥੇ ਵੀ ਗੱਲ ਹੁੰਦੀ ਆ ਖੈਰ ਅੱਗੇ ਹੋਣੇ ਮੈਂ ਸਿਰਫ ਤੁਹਾਨੂੰ ਸੰਦਰਭ ਦੇਣਾ ਚਾਹੁੰਦਾ ਸੀ ਕਿ ਕਈ ਜਿਵੇਂ ਭਾਜਪਾ ਦਾ ਐਕਸਰ ਸਲੋਗਨ ਆ ਜਾਂ ਭੀਜੇਪੀ ਦਾ ਕਹਿੰਦੇ ਇਸ ਤੇ ਆਧਾਰ ਨਾਲ ਗੱਲ ਕਰੋ ਵੈਸੇ ਇਹ ਜਦੋਂ ਨਤੀਸ਼ ਕੁਮਾਰ ਨੇ ਇਹ ਸਾਰਾ ਕੁਝ ਦੱਸਿਆ ਉਹਨਾਂ ਨੇ ਦੱਸਤਾ ਕਿ ਬਿਹਾਰ ਦੇ ਵਿੱਚ ਇਕੱਲੇ 63% ਦੀ ਤੋਂ ਵਿਵਾਦ OBCs ਨੇ ਅਦਰ ਬੈਕਵਰਡ ਕਲਾਸਿਸ ਨੇ ਔਰ ਉਸ ਤੋਂ ਬਾਅਦ ਇਸ ਦੇ ਆਧਾਰ ਤੇ ਉਹਨਾਂ ਨੂੰ ਰਾਖਵਾਕਰਨ ਮਿਲਣਾ ਚਾਹੀਦਾ ਇਸ ਦੇ ਆਧਾਰ ਤੇ ਉਹਨਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਇਹ ਗੱਲ ਉਹਨਾਂ ਨੇ ਕਲੀਅਰ ਕਰਤੀ ਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜਿਸ ਤਰ੍ਹਾਂ ਉਹਨਾਂ ਤੇ ਇਲਜ਼ਾਮ ਲੱਗਣ ਲੱਗੇ ਕਿ ਇਹ ਤਾਂ ਕੇਵਲ ਪਿਛੜਿਆਂ ਦੀ ਰਾਜਨੀਤੀ ਕਰਦੇ ਆ ਸਿਆਸਤ ਕਰਦੇ ਆ ਨਾਲ ਦੀ ਨਾਲ ਕੈਬਨਿਟ ਦੇ ਵਿੱਚ ਉਹਨਾਂ ਨੇ 10% ਇਹ ਦਾਸਾ ਫੀਸ ਦੀ ਕੋਟਾ ਉਹਨਾਂ ਨੂੰ ਦਿੱਤਾ ਜਿਹੜੀਆਂ ਉੱਚੀਆਂ ਜਾਤਾਂ ਤੋਂ ਨੇ ਇਹਦੇ ਵਿੱਚ ਕੌਣ ਨੇ ਇਹ ਚ ਬ੍ਰਾਹਮਣ ਇਹ ਚ ਬਾਣੀਆਂ ਕੌਮ ਵੀ ਆ ਇਹਦੇ ਵਿੱਚ ਠਾਕੁਰਾ ਇਹਦੇ ਵਿੱਚ ਭੂਮੀਹਾਰ ਨੇ ਕਾਇਸ਼ਤ ਨੇ ਸਾਰੇ ਕੁਝ ਇਹਦੇ ਵਿੱਚ ਉਹਨਾਂ ਨੇ ਪਾ ਲਿਆ ਤਾਂ ਕਿ ਜੇ ਇਹ ਕਿਸੇ ਕਾਰਨ ਕਰਕੇ ਗਰੀਬ ਰਹਿ ਗਏ ਨੇ ਪਿੱਛੜ ਗਏ ਨੇ ਇਕਨੋਮਿਕਲੀ ਆਰਥਿਕ ਤੌਰ ਤੇ ਇਹ ਅੱਗੇ ਨਹੀਂ ਵੱਧ ਸਕੇ ਤੇ ਇਹਨਾਂ ਨੂੰ ਮੌਕਾ ਕਿਉਂ ਨਾ ਦਿੱਤਾ ਜਾਵੇ ਜਿਸ ਤਰ੍ਹਾਂ ਮੈਂ ਤੁਹਾਨੂੰ ਬਾਕੀ ਮੁਲਕਾਂ 'ਚ ਵੀ ਦੱਸਿਆ ਪਰ ਇਸ ਦੌਰਾਨ ਤੁਸੀਂ ਦੇਖੋ ਇਹ ਜਿਹੜੇ ਮਾਸਟਰ ਸਟ੍ਰੋਕ ਨੇ ਇਸ ਉੱਤੇ ਲਗਾਤਾਰ ਚੁੱਪੀ ਸਾਦੀ ਹੋਈ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜੀ ਪੋਲਿਟਿਕਸ ਆ ਜਾਂ ਉਹਨਾਂ ਦੀ ਜਿਹੜੀ ਸਿਆਸਤ ਆ ਉਹ ਧਰਮ ਦੇ ਆਧਾਰ ਤੇ ਆ ਉਹ ਕਰਦੇ ਆ ਹਿੰਦੂਤਵਾਦੀ ਪੋਲਿਟਿਕਸ ਕਿ ਕਿਸੇ ਤਰ੍ਹਾਂ ਇਹ ਸਾਰੀਆਂ ਜਾਤਾਂ ਨੇ ਕਿਉਂਕਿ ਜੇ ਜਾਤੀ ਜਾਂ ਜਾਤਾਂ ਦੇ ਆਧਾਰ ਤੇ ਗੱਲ ਕਰਨ ਲੱਗੇ ਤਾਂ ਫਿਰ ਤਾਂ ਇਹ ਵੱਡੇ ਜਾਣਗੇ ਇਹ ਗੱਲ ਕਹੀ ਵੀ ਹੈ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸੇ ਕਰਕੇ ਉਹ ਕਹਿੰਦੇ ਸੀ ਧਰਮ ਦੇ ਆਧਾਰ ਤੇ ਕਰੋ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਾਰੇ ਲੋਕ ਆ ਇੱਕ ਛਤਰੀ ਥੱਲੇ ਇੱਕ ਧਰਮ ਦੀ ਛਤਰੀ ਥੱਲੇ ਆ ਸਕਣ ਤੇ ਜੇ ਇਸ ਤਰ੍ਹਾਂ ਜਨਗੰਨਾ ਜਾਂ ਇਸ ਤਰ੍ਹਾਂ ਸੈਂਸਸ ਹੋਣੇ ਸ਼ੁਰੂ ਹੋ ਗਏ ਸਾਰੀਆਂ ਸਟੇਟਸ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਬਣਾਇਆ ਹੋਇਆ ਇੱਕ ਆਪਣਾ ਢਾਂਚਾ ਸੀ ਪੋਲਿਟਿਕਸ ਕਰਨ ਦਾ ਸਿਆਸਤ ਕਰਨ ਦਾ ਉੱਟ ੁੱਟ ਜਾਊਗਾ ਇਸੇ ਕਰਕੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹਦਾ ਹੁਣ ਕਰੀਏ ਕੀ ਹੁਣ ਤੁਸੀਂ ਦੇਖੋ ਜਿਹੜੇ ਸ਼ੈਡਿਊਲ ਕਾਸਟ ਆ ਸ਼ੈਡਿਊਲ ਟ੍ਰਾਈਬਜ਼ ਆ ਇਹਨਾਂ ਸਭਿਆ ਨੂੰ ਪਤਾ ਇਹਦੀ ਗਿਣਤੀ ਵੀ ਹੋ ਚੁੱਕੀ ਆ ਔਰ ਇਸੇ ਦੌਰਾਨ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਇਹ ਵੀ ਕਹਿਤਾ ਸੀ ਭਪਾਲ ਦੇ ਵਿੱਚੋਂ ਬੋਲ ਰਹੇ ਸੀ ਕਹਿੰਦੇ ਡਾਕਟਰ ਮਨਮੋਹਨ ਸਿੰਘ ਨੇ ਤਾਂ ਇਹ ਵੀ ਕਹਿਤਾ ਸੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਆ ਕਹਿੰਦੇ ਡਾਕਟਰ ਮਨਮੋਹਨ ਸਿੰਘ ਨੇ ਤਾਂ ਕਹਿਤਾ ਸੀ ਕਿ ਜਿਹੜੇ ਨੈਚੁਰਲ ਰਿਸੋਰਸਸ ਨੇ ਜਿੰਨੇ ਖਣਿਜ ਪਦਾਰਥ ਨੇ ਨੈਚੁਰਲ ਰਿਸੋਰਸਸ ਨੇ ਇੰਨਾ ਉੱਤੇ ਪਹਿਲਾ ਹੱਕ ਮਿਨੋਰਿਟिज ਦਾ ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਕਿ ਇਹਨਾਂ ਦਾ ਕਿਹਾ ਸੀ ਡਾਕਟਰ ਮਨਮੋਹਨ ਸਿੰਘ ਨੇ ਕਿ ਮੁਸਲਮਾਨਾਂ ਦਾ ਪਹਿਲਾ ਹੱਕ ਆ ਹੁਣ ਕਾਂਗਰਸ ਨੇ ਇਸ ਉੱਤੇ ਸਫਾਈ ਦਿੱਤੀ ਹੈ ਕਹਿੰਦੇ ਪ੍ਰਧਾਨ ਮੰਤਰੀ ਠੀਕ ਨਹੀਂ ਕਹਿ ਰਹੇ ਉਹਨਾਂ ਨੇ ਬਲਕਿ 9 ਦਸੰਬਰ ਸਨ 2006 ਦੇ ਵਿੱਚ ਜੋ ਡਾਕਟਰ ਮਨਮੋਹਨ ਸਿੰਘ ਆਪਣਾ ਭਾਸ਼ਣ ਦਿੱਤੇ ਆਪਣਾ ਸਪੀਚ ਜਿਸ ਨੂੰ ਕੋਟ ਕਰ ਰਹੇ ਨੇ ਨਰਿੰਦਰ ਮੋਦੀ ਉਹ ਸੁਣਵਾ ਵੀ ਦਿੱਤਾ ਉਹਦੀ ਉਹਨਾਂ ਨੇ ਵੀਡੀਓ ਜਾਰੀ ਕਰਤੀ ਔਰ ਉਸ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਕਹਿ ਰਹੇ ਆ ਕਹਿੰਦੇ ਇਹ ਜਿੰਨੇ ਨੈਚੁਰਲ ਰਿਸੋਰਸਸ ਨੇ ਖਣਿਜ ਪਦਾਰਤ ਨੇ ਇਹਨਾਂ ਉੱਤੇ ਸ਼ੈਡਿਊਲ ਕਾਸ ਸ਼ੈਡਿਊਲ ਟ్రਾਈਬਸ ਮਾਈਨੋਰਿਟੀਆਂ ਇਥੋਂ ਤੱਕ ਕਿ ਜਿਹੜੇ ਬੱਚੇ ਆ ਔਰਤਾਂ ਨੇ ਪਿਛੜੇ ਆ ਇਹਨਾਂ ਦਾ ਅਧਿਕਾਰ ਆ ਉਹਨਾਂ ਨੇ ਇਹ ਨਹੀਂ ਕਿਹਾ ਕਿ ਕੱਲੇ ਮੁਸਲਮਾਨਾਂ ਦਾ ਸੋ ਇਸ ਕਰਕੇ ਅੱਜ ਕੱਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਕਿਉਂਕਿ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਾਤਾਂ ਦੀਆਂ ਗੱਲਾਂ ਕਰਕੇ ਇਹ ਜਿਹੜੀ ਕਾਂਗਰਸ ਆ ਯਾ ਇੰਡੀਆ ਅਲਾਇੰਸ ਆ ਇਹ ਮੁਲਕ ਨੂੰ ਤਬਾਹ ਕਰਨ ਤੇ ਲੱਗੀ ਹੋਈ ਆ ਪਰ ਕੀ ਇਹ ਗੱਲ ਸੱਚ ਆ ਅੱਗੇ ਆ ਜੋ ਮੈਨੂੰ ਯਾਦ ਆ ਗਿਆ ਕਿ ਇਸ ਤਰ੍ਹਾਂ ਦੀ ਪੋਲਿਟਿਕਸ ਨਰਿੰਦਰ ਮੋਦੀ ਨੇ ਸਨ 2019 ਦੇ ਵਿੱਚ ਵੀ ਕੀਤੀ ਸੀ ਭਾਰਤੀ ਜਨਤਾ ਪਾਰਟੀ ਨੇ 26 ਫਰਵਰੀ ਸਨ 2019 ਨੂੰ ਤੁਸੀਂ ਯਾਦ ਕਰੋ ਅਲਾਹਾਬਾਦ ਦੇ ਵਿੱਚ ਕੁੰਭ ਦਾ ਮੇਲਾ ਸੀ ਤੇ ਨਰਿੰਦਰ ਮੋਦੀ ਨੇ ਉੱਥੇ ਕੁਝ ਪਿਛੜੀ ਜਾਤਾਂ ਨੂੰ ਲੈ ਕੇ ਖਾਸ ਤੌਰ ਤੇ ਉਹ ਲੋਕ ਜਿਹੜੇ ਸੀਵਜ ਦੇ ਵਿੱਚ ਜਾਂਦੇ ਆ ਉਸ ਤਰ੍ਹਾਂ ਦੇ ਕਰਮਚਾਰੀ ਨੇ ਜਿਹੜੇ ਸਾਡਾ ਸੀਵਜ ਸਾਫ਼ ਕਰਦੇ ਆ ਗਟਰਾਵਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਲਿਆ ਕੇ ਤੇ ਉਹਨਾਂ ਦੇ ਪੈਰ ਧੋਤੇ ਸੀ ਇਹ ਮਿਨਿਸਪਲ ਕਾਰਪੋਰੇਸ਼ਨ ਅਲਾਬਾਦ ਦੇ ਕਰਮਚਾਰੀ ਸੀ ਔਰ ਇਹ ਨਜ਼ਾਰਾ ਤੁਸੀਂ ਸਾਰੇ ਨੇ ਦੇਖਿਆ ਹੋਣਾ ਤੇ ਫਿਰ ਕਾਂਗਰਸ ਪੁੱਛਦੀ ਆ ਕਿ ਜਦੋਂ ਤੁਸੀਂ ਇਹ ਸਾਰਾ ਕੁਝ ਕਰ ਰਹੇ ਸੀ ਤੇ ਕੀ ਤੁਸੀਂ ਜਾਤ ਤੇ ਆਧਾਰ ਤੇ ਇਹ ਸਾਰਾ ਕੁਝ ਨਹੀਂ ਸੀ ਕਰ ਰਹੇ ਤੁਸੀਂ ਸਵਰਨ ਜਾਤੀ ਤੋਂ ਕੋਈ ਉੱਚੀ ਜਾਤੀ ਤੋਂ ਕਿਸੇ ਬ੍ਰਾਹਮਣ ਨੂੰ ਲੈ ਕੇ ਆ ਸਕਦੇ ਸੀ ਕਿਸੇ ਬਣਈਏ ਨੂੰ ਲੈ ਕੇ ਆ ਸਕਦੇ ਸੀ ਕਿਸੇ ਠਾਕੁਰ ਨੂੰ ਲੈ ਕੇ ਆ ਸਕਦੇ ਸੀ ਕਿਸੇ ਗਰੀਬ ਨੂੰ ਤੇ ਉਹਨਾਂ ਦੇ ਵੀ ਪੈਰ ਧੋ ਸਕਦੇ ਸੀ ਪਰ ਤੁਸੀਂ ਜਾਣ ਬੁੱਝ ਕੇ ਉਹਨਾਂ ਦੇ ਪੈਰ ਧੋਤੇ ਔਰ ਵੈਸੇ ਸੰਨ 2014 ਤੋਂ ਲੈ ਕੇ 16 ਤੱਕ ਕਈ ਹਜ਼ਾਰ ਬਲਕਿ 1327 ਇਸ ਤਰ੍ਹਾਂ ਦੇ ਜਿਹੜੇ ਗੱਟਰ ਦੇ ਵਿੱਚ ਕੰਮ ਕਰਦੇ ਨੇ ਇਸ ਤਰ੍ਹਾਂ ਦੇ ਉਹਨਾਂ ਦੀ ਮੌਤ ਹੋ ਚੁੱਕਦੀ ਹੈ ਔਰ ਉਹਨਾਂ ਕਰਮਚਾਰੀਆਂ ਬਾਰੇ ਕਿਸੇ ਦਾ ਧਿਆਨ ਨਹੀਂ ਖੈਰ ਇਹ ਇੱਕ ਵੱਖਰੀ ਗੱਲ ਹੈ ਇਸ ਤੋਂ ਇਲਾਵਾ ਕਾਂਗਰਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਦੋਂ ਰਾਮਨਾਥ ਕੋਵਿੰਦ ਨੂੰ ਤੁਸੀਂ ਰਾਸ਼ਟਰਪਤੀ ਬਣਾਇਆ ਭਾਰਤੀ ਜਨਤਾ ਪਾਰਟੀ ਨੇ ਤੁਸੀਂ ਉਹਨਾਂ ਨੂੰ ਇਸ ਕਰਕੇ ਲੈ ਕੇ ਆਂਦਾ ਸੀ ਕਿਉਂਕਿ ਉਹ ਸ਼ੈਡਿਊਲ ਕਾਸ ਸੀ ਔਰ ਇਸੇ ਤਰ੍ਹਾਂ ਦਰੁਪਦੀ ਮੁਰਮੂ ਜਿਹੜੇ ਹੁਣ ਦੇ ਪ੍ਰੈਜ਼ੀਡੈਂਟ ਨੇ ਭਾਰਤ ਦੇ ਉਹਨਾਂ ਨੂੰ ਤੁਸੀਂ ਅਕਸਰ ਕਹਿੰਦੇ ਹੋ ਕਿ ਦੇਖੋ ਜੀ ਅਸੀਂ ਇੱਕ ਆਦਿਵਾਸੀ ਨੂੰ ਇੱਕ ਆਦਿਵਾਸੀ ਨੂੰ ਅਸੀਂ ਰਾਸ਼ਟਰਪਤੀ ਬਣਾਤਾ ਤੇ ਜਾਤ ਦੀ ਗੱਲ ਤਾਂ ਤੁਸੀਂ ਵੀ ਕਰਦੇ ਹੋ ਪਰ ਜੇ ਅਸੀਂ ਕਰ ਗਏ ਤੇ ਉਹ ਤੁਹਾਨੂੰ ਪਸੰਦ ਨਹੀਂ ਆ ਸੋ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਪੰਜਾਬ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਇਸ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਨੇ ਸਨ 2011 ਦਾ ਜਿਹੜਾ ਡਾਟਾ ਆਇਆ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਲਗਭਗ 2 ਕਰੋੜ ਤੇ 77 ਲੱਖ ਉਦੋਂ ਪਾਪੂਲੇਸ਼ਨ ਸੀ ਜਿਹੜੀ ਲਗਭਗ ਹੁਣ 2 ਕਰੋੜ ਤੇ ਲਗਭਗ 80 ਲੱਖ ਦੇ ਕਰੀਬ ਪਾਪੂਲੇਸ਼ਨ ਦੱਸੀ ਜਾਂਦੀ ਹੈ ਤੇ ਇਹਦੇ ਵਿੱਚੋਂ 31.9 ਫੀਸਦੀ ਦੇ ਕਰੀਬ ਦਲਿਤ ਪਾਪੂਲੇਸ਼ਨ ਦੱਸੀ ਜਾਂਦੀ ਹੈ ਅਲੱਗ-ਅਲੱਗ ਵੱਖਰੇ-ਵੱਖਰੇ ਦਲਿਤ ਭਾਈਚਾਰੇ ਇਹਦੇ ਚਾਹੁੰਦੇ ਆ ਇਸੇ ਕਰਕੇ ਮੰਗ ਇੱਥੇ ਵੀ ਉੱਠਣੀ ਸ਼ੁਰੂ ਹੋ ਗਈ ਆ ਕਿ ਇੱਥੇ ਵੀ ਯਾਨੀ ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਸੈਂਸਸ ਕਰਵਾਇਆ ਜਾਵੇ ਇਸ ਤਰ੍ਹਾਂ ਦੀ ਜਾਤ ਦੇ ਆਧਾਰ ਤੇ ਗੱਣਾ ਕਰਵਾਈ ਜਾਵੇ ਗਿਣਤੀ ਕਰਵਾਈ ਜਾਵੇ ਤਾਂ ਕਿ ਇੱਥੇ ਵੀ ਲੋਕਾਂ ਨੂੰ ਉਹਨਾਂ ਦੇ ਅਸਲੀ ਹੱਕ ਜਾਂ ਅਧਿਕਾਰ ਮਿਲ ਸਕੇ ਪਰ ਕੀ ਇਸ ਨਾਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਰਾਜਨੀਤੀ ਹੈ ਜਾਂ ਆਰਐਸਐਸ ਦੀ ਰਾਜਨੀਤੀ ਆ ਉਹ ਕਿਤੇ ਵਿਗੜ ਕੇ ਤਾਂ ਨਹੀਂ ਰਹਿ ਜੂ ਕਿਤੇ ਖਿੱਲਰ ਕੇ ਤਾਂ ਨਹੀਂ ਰਹਿ ਜੂ ਲੱਗਦਾ ਇਹੀ ਆ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਜਿਸ ਤਰ੍ਹਾਂ ਦੇ ਅਸੀਂ ਹਾਉ ਭਾਉ ਦੇਖਿਆ ਚਾਹੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਹੋਣ ਤੇ ਚਾਹੇ ਆਰਐਸਐਸ ਦੇ ਹੋਣ ਉਹ ਲਗਭਗ ਇਸੇ ਤਰ੍ਹਾਂ ਦੇ ਨਜ਼ਰ ਆ ਰਹੇ ਨੇ ਭਾਰਤ ਦੇ ਵਿੱਚ মিডিਆ ਤੇ ਲਗਾਤਾਰ ਹਮਲਾ ਹੋ ਰਿਹਾ ਇਸ ਵਿੱਚ ਕੋਈ ਦੋਰਾਵਾ ਨਹੀਂ ਔਰ ਅੱਜ ਸਾਡੀ ਸਥਿਤੀ ਉਹ ਹੋ ਗਈ ਹੈ ਕਿ 180 ਮੁਲਕਾਂ ਦੇ ਵਿੱਚੋਂ ਭਾਰਤ 161ਵੇਂ ਨੰਬਰ ਤੇ ਆ ਜਦੋਂ ਅਸੀਂ ਫ੍ਰੀडम ਆਫ ਪ੍ਰੈਸ ਦੀ ਗੱਲ ਕਰਦੇ ਹਾਂ ਜਾਂ ਉਸ ਇੰਡੈਕਸ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਵੱਖਰੇ-ਵੱਖਰੇ ਮੁਲਕਾਂ ਨੂੰ ਆਂਕਿਆ ਜਾਂਦਾ ਜਾਂ ਉਹਦੀ ਗਣਨਾ ਹੁੰਦੀ ਹੈ ਜਾਂ ਉਹਦੀ ਇੱਕ ਤਰ੍ਹਾਂ ਦੀ ਗਿਣਤੀ ਕੀਤੀ ਜਾਂਦੀ ਆ ਕਿ ਉਹ ਕਿੱਥੇ ਖੜਾ ਤੇ ਸਾਡੀ ਗਿਣਤੀ ਸਾਲ 2015 ਤੋਂ ਬਾਅਦ ਲਗਾਤਾਰ ਡਿੱਗ ਰਹੀ ਆ ਥੱਲੇ ਜਾ ਰਹੀ ਆ ਔਰ ਤੁਸੀਂ ਆਪ ਦੇਖੋ ਕਿ ਪਿਛਲੇ ਵੀ ਮੁਲਕਾਂ ਦੇ ਵਿੱਚ ਅਸੀਂ ਆਉਣੇ ਦਿੱਸ ਤਾਂ ਅਸੀਂ ਫ੍ਰੀडम ਦੀ ਗੱਲ ਕਰਦੇ ਆ ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹਨਾਂ ਨੇ ਤਾਂ ਪਿਛਲੇ 9.5 ਸਾਲਾਂ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਆ ਤੇ ਜੇ ਅਮਰੀਕਾ ਦੇ ਵਿੱਚ ਜਦੋਂ ਉਹ ਜਾਂਦੇ ਆ ਤੇ ਉੱਥੇ ਵੌਲ ਸਟ੍ਰੀਟ ਜਰਨਲ ਦੀ ਇੱਕ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛ ਲੈਂਦੀ ਆ ਤੇ ਉਸ ਸਵਾਲ ਤੇ ਬਾਅਦ ਦੇ ਵਿੱਚ ਵਿਵਾਦ ਖੜਾ ਹੋ ਜਾਂਦਾ ਕਿ ਪੁੱਛ ਕਿਸ ਤਰ੍ਹਾਂ ਲਿਆ ਕਿਸ ਤਰ੍ਹਾਂ ਉਹਨਾਂ ਦੀ ਟ੍ਰੋਲਿੰਗ ਹੁੰਦੀ ਆ ਤੇ ਬਾਅਦ ਦੇ ਵਿੱਚ ਅਮਰੀਕਾ ਨੂੰ ਦਖਲ ਦੇਣਾ ਪੈਂਦਾ ਕਿ ਸਾਡੇ ਜਰਨਲਿਸਟ ਦੀ ਤੁਸੀਂ ਟ੍ਰੋਲਿੰਗ ਕਰਨੀ ਬੰਦ ਕਰੋ ਜਾਂ ਸਾਡੇ ਜਰਨਲਿਸਟ ਨੂੰ ਤੁਸੀਂ ਇਸ ਤਰ੍ਹਾਂ ਦਾ ਤੰਗ ਨਹੀਂ ਕਰ ਸਕਦੇ ਕਿਉਂਕਿ ਅਸੀਂ ਆਪਣੇ ਪੱਤਰਕਾਰਾਂ ਨੂੰ ਆਪਣੇ ਜਰਨਲਿਸਟ ਨੂੰ ਖੁੱਲ੍ਹ ਦਿੰਦੇ ਆ ਕਿ ਉਹ ਕੀ ਲਿਖਦੇ ਨੇ ਕੀ ਬੋਲਦੇ ਨੇ ਪਰ ਜਿਸ ਤਰ੍ਹਾਂ ਬੀਤੇ ਦਿਨ ਨਿਊਜ਼ ਕਲਿੱਕ ਉਸ ਵੈੱਬਸਾਈਟ ਦੇ ਇਹ ਖਬਰਾਂ ਦੀ ਵੈੱਬਸਾਈਟ ਆ ਔਰ ਇਹਦੇ ਨਾਲ ਬਹੁਤ ਸਾਰੇ ਪੱਤਰਕਾਰ ਜੁੜੇ ਹੋਏ ਨੇ ਤੁਸੀਂ ਜੇ ਟੋਟਲ ਦੇਖੋ ਬੀਤੇ ਕੱਲ ਇਹ ਅੰਕੜਾ ਹੈ ਨਹੀਂ ਸੀ 46 ਇਸ ਤਰ੍ਹਾਂ ਦੇ 46 46 ਪੱਤਰਕਾਰ ਸੀ ਹਿਸਟੋਰੀਅਨ ਸੀ ਇਹਦੇ ਵਿੱਚ ਰਾਈਟਰ ਸੀ ਇਹਦੇ ਵਿੱਚ ਐਕਟਿਵਿਸਟ ਸੀ ਸਮਾਜ ਸੇਵੀ ਸੀ ਇਹਨਾਂ ਦੇ ਘਰਾਂ ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਛਾਪੇ ਮਾਰੇ ਇਹਨਾਂ ਨੂੰ ਰਾਉਂਡ ਅਪ ਕੀਤਾ ਡਿਟੇਨ ਕੀਤਾ ਕਈ ਘੰਟੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਔਰ ਆਖਿਰਕਾਰ న్యూਜ਼ ਕਲਿੱਕ ਦੇ ਇੱਕ ਤਾਂ ਪ੍ਰਵੀਰ ਪੁਰਖਾਇਸਤ ਨੇ ਪੁਰਖਾਇਸਤ ਇਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਤੇ ਦੂਸਰੇ ਨੇ ਅਮਿਤ ਚੱਕਰਵਰਤੀ ਇਹ ਉਹਨਾਂ ਦੇ ਐਚਆਰ ਜਿਹੜਾ ਹਿਊਮਨ ਰਿਸੋਰਸਸ ਦਾ ਇੱਕ ਸੈਕਸ਼ਨ ਹੁੰਦਾ ਇੱਕ ਡਿਪਾਰਟਮੈਂਟ ਹੁੰਦਾ ਇਹ ਉਹਦੇ ਹੈੱਡ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਨੂੰ ਗ੍ਰਿਫਤਾਰ ਕਿਸ ਚੀਜ਼ ਕੀਤਾ ਯੂਏਪੀਏ ਦੇ ਅਧੀਨ ਅਲਫੁੱਲ ਐਕਟੀਵਿਟੀਆਂ ਐਂਡ ਪ੍ਰੀਵੈਂਸ਼ਨ ਐਕਟ ਯੂਏਪੀਏ ਇਹਦੇ ਵਿੱਚ ਤਾਂ ਛੇਤੀ ਕਿਤੇ ਬੇਲ ਹੀ ਨਹੀਂ ਹੋ ਸਕਦੀ ਜ਼ਮਾਨਤ ਨਹੀਂ ਹੋ ਸਕਦੀ ਤੁਸੀਂ ਚਾਹੇ ਲੱਗੇ ਰਹੋ ਖੈਰ ਜਿਹੜੇ ਪੱਤਰਕਾਰਾਂ ਨੂੰ ਜਿਹੜੇ ਬੋਲਦੇ ਸੀ ਚਾਹੇ ਉਹ ਅਭਿਸ਼ਾਰ ਸ਼ਰਮਾ ਸੀ ਚਾਹੇ ਉਹ ਉਰਮिलेश ਸੀ ਚਾਹੇ ਉਹ ਭਾਸ਼ਾ ਸਿੰਘ ਸੀ ਚਾਹੇ ਅਨੰਦੋ ਚਕਰਵਰਤੀ ਸੀ ਅਨੰਦ ਚਕਰਵਰਤੀ ਮੈਂ ਦੱਸਦਾ 30 ਸਾਲ ਐਨਡੀ ਟੀਵੀ ਦੇ ਨਾਲ ਜੁੜੇ ਰਹੇ ਨੇ ਔਰ ਬੜੇ ਬਿਹਤਰੀਨ ਉਰਮिलेश ਵੀ ਬਿਹਤਰੀਨ ਪੱਤਰਕਾਰ ਨੇ ਇਸੇ ਤਰ੍ਹਾਂ সোহੇਲ ਹਾਸ਼ਮੀ ਹਿਸਟੋਰੀਅਨ ਨੇ ਇਹਨਾਂ ਦੀ ਤੁਸੀਂ ਵੀਡੀਓਜ਼ ਜਾ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੀਆਂ ਵਧੀਆ ਮਾਲੂਮਾਤੀ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਕਿੰਨੇ ਵਧੀਆ ਜਾਣਕਾਰੀ ਭਰਪੂਰ ਇਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਇਸੇ ਤਰ੍ਹਾਂ ਤੁਸੀਂ ਦੇਖੋ ਪ੍ਰੰਜਾ ਗੁਹਾ ਠਾਕੁਰਤਾ ਇਹ ਪੋਲਿਟੀਕਲ ਐਂਡ ਇਕਨੋਮਿਕ ਵੀਕਲੀ ਦੇ ਐਡੀਟਰ ਰਹੇ ਨੇ ਇਸੇ ਤਰ੍ਹਾਂ ਤੀਸਤਾ ਸੀਤਲਵਾਲ ਇਹਨਾਂ ਨੂੰ ਪਿਛਲੇ ਦਿਨਾਂ ਤੋਂ ਲਗਾਤਾਰ ਤੰਗ ਕੀਤਾ ਜਾ ਰਿਹਾ ਇਹਨਾਂ ਨੂੰ ਵੀ ਪੁੱਛਗਿੱਛ ਕੀਤੀ ਵੈਸੇ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਤੋਂ ਪੁੱਛਿਆ ਕਿੱਥਿਆ ਗਿਆ ਕਿ ਇਹ ਵੀ ਤੁਸੀਂ ਸੁਣ ਲਓ ਦਿੱਲੀ ਪੁਲਿਸ ਇਹਨਾਂ ਤੋਂ ਸਵਾਲ ਜਵਾਬ ਕਿਸ ਤਰ੍ਹਾਂ ਦੇ ਗੱਲ ਕਰ ਰਹੀ ਆ ਇਸ ਤੇ ਬੜੀ ਹੈਰਾਨੀ ਹੁੰਦੀ ਆ ਇਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਕਿਸਾਨੀ ਅੰਦੋਲਨ ਤੇ ਕੋਈ ਰਿਪੋਰਟਿੰਗ ਕੀਤੀ ਸੀ ਕਿ ਤੁਸੀਂ ਕੋਵਿਡ-19 ਵਾਇਰਸ ਦੇ ਦੌਰਾਨ ਕੋਈ ਰਿਪੋਰਟ ਕੀਤੀ ਸੀ ਕਿਹੜੀਆਂ ਰਿਪੋਰਟ ਸੀ ਸਾਨੂੰ ਦਿਖਾਓ ਕਿ ਤੁਸੀਂ ਜਦੋਂ ਦਿੱਲੀ ਦੇ ਦੰਗੇ ਹੋਏ ਸੀ ਉੱਥੇ ਕੋਈ ਰਿਪੋਰਟ ਕੀਤਾ ਸੀ ਕਹਿਣ ਦਾ ਭਾਵ ਕਿ ਇਹਨਾਂ ਨੂੰ ਭੇਜ ਦਿੱਤਾ ਗਿਆ ਪਰ ਇਹਨਾਂ ਕੋਲੇ ਪੂਰੀ ਜਾਣਕਾਰੀ ਨਹੀਂ ਸੀ ਮੈਂ ਦਿੱਲੀ ਪੁਲਿਸ ਦੀ ਗੱਲ ਕਰ ਰਿਹਾ ਕਿ ਇਹਨਾਂ ਤੋਂ ਪੁੱਛਿਆ ਜਾ ਰਿਹਾ ਸੀ ਕਿ ਤੁਸੀਂ ਸਾਨੂੰ ਦੱਸੋ ਔਰ ਤੁਸੀਂ ਦੂਸਰੀ ਗੱਲ ਇਹਦੇ ਵਿੱਚ ਦੇਖੋ ਕੋਈ ਵੀ ਵਿਅਕਤੀ ਕੋਈ ਜਰਨਲਿਸਟ ਕੋਈ ਪਤਰਕਾਰ ਕੋਈ ਰਾਈਟਰ ਕਿਸੇ ਸੰਸਥਾ ਨਾਲ ਕੰਮ ਕਰਦਾ ਤੇ ਉਹ ਆਪਣੀ ਤਨਖਾਹ ਲੈਂਦਾ ਆਪਣੀ ਸੈਲਰੀ ਲੈਂਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਮਾਲਕ ਦਾ ਪੈਸਾ ਕਿੱਥੋਂ ਆ ਰਿਹਾ ਉਹਦੇ ਕੀ ਸੋਰਸਸ ਨੇ ਕੀ ਰਿਸੋਰਸਸ ਨੇ ਉਸ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਕੀ ਤੁਸੀਂ ਪਤਰਕਾਰਾਂ ਨੂੰ ਫੜ ਕੇ ਲੈ ਜਾਓਗੇ ਸੋ ਇਹ ਸਾਰੀਆਂ ਗੱਲਾਂ ਵੀ ਆਉਂਦੀਆਂ ਔਰ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਸਲੀ ਮਾਦਰਾ ਹੈ ਕੀ ਆ ਦਰਸਲ ਇੱਕ ਨੋਵਲ ਰਾਇ ਸਿੰਘਮ ਇਹ ਨਾ ਤੁਹਾਨੂੰ ਮੈਂ ਦੁਬਾਰਾ ਦੱਸ ਦਿੰਨਾ ਅਮਰੀਕਾ ਦੇ ਇਹ ਰਹਿਣ ਵਾਲੇ ਆ ਕਿਸੇ ਟਾਈਮ ਬੜੀਆਂ ਸੌਫਟਵੇਅਰ ਕੰਪਨੀਆਂ ਦੇ ਚਲਾਉਂਦੇ ਸੀ ਨੋਵਲ ਰਾਇ ਸਿੰਘਮ ਬਹੁਤ ਪੈਸਾ ਹੈ ਇਨਾਂ ਕੋਲੇ ਔਰ ਅਕਸਰ ਇਹ ਜਿਹੜੀਆਂ ਕੁਝ ਸੰਸਥਾਵਾਂ ਹੁੰਦੀਆਂ ਨੇ ਔਰ ਖਾਸ ਤੌਰ ਤੇ ਅਮਰੀਕਾ ਦੇ ਇੰਪੀਰੀਅਲਿਜ਼ਮ ਨੂੰ ਜਿਵੇਂ ਇੰਪੀਰੀਅਲਿਜ਼ਮ ਹੋ ਗਿਆ ਕੋਈ ਮੁਲਕ ਹੋਵੇ ਅਮੀਰ ਹੋਵੇ ਦੂਸਰੇ ਮੁਲਕਾਂ ਨੂੰ ਕੰਟਰੋਲ ਕਰਦਾ ਹੋਵੇ ਔਰ ਆਪਣੀ ਤਾਕਤ ਦਿਖਾਉਂਦਾ ਹੋਵੇ ਇਸ ਐਂਪੀਰੀਅਲਿਜ਼ਮ ਨੂੰ ਕੰਟਰੋਲ ਕਰਨ ਲਈ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ادارے ਕੰਮ ਕਰਦੇ ਨੇ ਜਾਂ ਇਸ ਦੇ ਖਿਲਾਫ ਕੰਮ ਕਰਦੇ ਨੇ ਉਹਨਾਂ ਨੂੰ ਇਹ ਫੰਡਿੰਗ ਕਰਦੇ ਸੀ ਉਹਨਾਂ ਨੂੰ ਪੈਸਾ ਦਿੰਦੇ ਸੀ ਇਹਨਾਂ ਨੂੰ ਲੱਗਦਾ ਸੀ ਕਿ ਬੜਾ ਬਿਹਤਰੀਨ ਕੰਮ ਕਰਦੇ ਆ ਇਸੇ ਨੂੰ ਚੀਨ ਦਾ ਪ੍ਰੋਪਗੈਂਡਾ ਕਿਹਾ ਜਾਂਦਾ ਚਾਈਨੀਸ ਪ੍ਰੋਪਗੈਂਡਾ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਨਿਊਯਾਰਕ ਟਾਈਮਜ਼ ਦੀ ਰਿਪੋਰਟ ਆਈ ਸੀ ਉਹਨੇ ਪੂਰੀ ਤਰ੍ਹਾਂ ਇਹ ਖੁਲਾਸਾ ਕੀਤਾ ਸੀ ਕਿ ਜਿਹੜਾ ਨੋਵਲ ਰਾਏ ਸਿੰਘਾਮਾ ਅਮਰੀਕਾ ਦਾ ਨਾਗਰਿਕਾ ਅਮਰੀਕਾ ਦੇ ਵਿੱਚ ਰਹਿੰਦਾ ਕਿਨੂ-ਕਿਨੂ ਪੈਸਾ ਦਿੰਦਾ ਕਿੱਥੇ-ਕਿੱਥੇ ਉਹਦੀ ਫੰਡਿੰਗ ਜਾਂਦੀ ਆ ਪਰ ਖੈਰ ਅਮਰੀਕਾ ਨੇ ਜਾਂ ਅਮਰੀਕਨ ਏਜੰਸੀਆਂ ਨੇ ਉਸਤੇ ਕਿਸੇ ਤਰ੍ਹਾਂ ਦਾ ਕੋਈ ਹਜੇ ਤੱਕ ਕਦਮ ਨਹੀਂ ਲਿਆ ਨਾ ਉਸਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੋਈ ਆ ਪਰ ਇੱਥੇ ਕਹਿ ਦਿੱਤਾ ਗਿਆ ਕਿ ਦੇਖੋ ਜੀ ਇਹ ਤਾਂ ਚਾਈਨੀਜ਼ ਪ੍ਰੋਪਾਗੈਂਡਾ ਹੁੰਦਾ ਹਾਲਾਂਕਿ ਹਜੇ ਤੱਕ ਇਹ ਗੱਲ ਸਾਬਤ ਨਹੀਂ ਹੋਈ ਕਿ ਇਹ ਜਿਹੜਾ ਪੈਸਾ ਸੀ ਇਸ ਨਿਊਜ਼ ਕਲਿੱਕ ਨੂੰ ਆ ਜਾਰੀ ਹੋਇਆ ਇਹ ਇਹ ਤਾਂ ਹੋ ਗਿਆ ਕਿ ਨੋਬਲ ਰਾਈਸਿੰਗਮ ਦਾ ਪਰ ਚੀਨ ਤੋਂ ਪੈਸਾ ਆਇਆ ਇਸ ਗੱਲ ਦੇ ਹੱਦ ਤੱਕ ਕੋਈ ਸਬੂਤ ਨਹੀਂ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਆਪ ਅੰਦਾਜ਼ਾ ਲਾਓ ਕਿ ਇਸ ਤਰ੍ਹਾਂ ਕਿਸੇ ਵੀ ادارے ਨੂੰ ਜਾ ਕੇ ਉਹਦੇ ਸਾਰੇ ਪੱਤਰਕਾਰ ਫੜ ਲੈਣੇ ਉਹਨਾਂ ਨੂੰ ਜਾ ਕੇ ਡਿਟੇਨ ਕਰ ਲੈਣਾ ਉਹਨਾਂ ਨੂੰ ਇਹੋ ਜਿਹੇ ਸਵਾਲ ਪੁੱਛਣੇ ਜਿਨ੍ਹਾਂ ਸਵਾਲਾਂ ਦਾ ਕੋਈ ਜਵਾਬ ਜਵਾਬ ਵੀ ਨਹੀਂ ਹੁੰਦਾ ਔਰ ਜਿੰਨਾ ਸਵਾਲਾਂ ਦਾ ਕੋਈ ਮਤਲਬ ਵੀ ਨਹੀਂ ਹੁੰਦਾ ਐਵੇਂ ਜਿਹੇ ਸਵਾਲ ਇਹਨਾਂ ਨੂੰ ਪੁੱਛੇ ਜਾਂਦੇ ਆ ਵੈਸੇ ਪ੍ਰੰਜਾਇ ਕੁਹਾ ਠਾਕੁਰਤਾਈ ਵੀ ਦਾਸਰੇ ਸੀ ਕਹਿੰਦੇ ਇੱਥੇ ਤੱਕ ਵੀ ਮੈਨੂੰ ਪੁੱਛ ਰਹੀ ਸੀ ਦਿੱਲੀ ਪੁਲਿਸ ਕਿ ਤੁਸੀਂ ਆਪਣੇ ਬ੍ਰਦਰ ਇਨ ਲਾ ਨਾਲ ਗੱਲ ਕਰਦੇ ਹੋ ਜਿਹੜੇ ਯੂ ਐਸ ਦੇ ਵਿੱਚ ਨੇ ਤੁਸੀਂ ਕਿਹੜੀ ਐਪ ਦੇ ਥਰੂ ਗੱਲ ਕਰਦੇ ਹੋ ਤੁਸੀਂ ਸਿਗਨਲਸ ਤੇ ਗੱਲ ਕਰਦੇ ਹੋ ਇਸ ਤਰ੍ਹਾਂ ਦੀਆਂ तमाम ਤਰ੍ਹਾਂ ਦੀਆਂ ਗੱਲਾਂ ਪੁੱਛ ਰਹੇ ਪਰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਇਹ ਚਾਹੁੰਦੀ ਆ ਕਿ ਇਹਨਾਂ ਦੀਆਂ ਡਿਵਾਈਸਸ ਲੈਪਟਾਪਸ ਮੋਬਾਈਲ ਫੋਨਸ ਇਹਨਾਂ ਨੂੰ ਦੱਸੇ ਬਿਗੈਰ ਜਾਂ ਇਹਨਾਂ ਤੋਂ ਸਾਰਾ ਕੁਝ ਰੈਕਡ ਲੈ ਬਿਗੈਰ ਉਹਨਾਂ ਦੀ ਕਾਪੀ ਕੀਤੇ ਬਿਗੈਰ ਉਹ ਜ਼ਬਤ ਕਰ ਲੀਆਂ ਗਈਆਂ ਉਹ ਜ਼ਬਤ ਕਰਨ ਦਾ ਮਤਲਬ ਕੀ ਸੀ ਤੁਸੀਂ ਯਾਦ ਕਰੋ ਭੀਮਾ ਕੋਰੇ گاؤں ਦਾ ਉਹ ਕੇਸ ਜਿਹਦੇ ਵਿੱਚ ਅਰੋਨਾ ਵਿਲਸਨ ਹੋਏ ਜਿਹਦੇ ਵਿੱਚ ਸੁਦਾ ਭਾਰਤਵਾੜ ਵਕੀਲ ਹੁਣ ਤਾਂ ਅੱਜਕੱਲ ਉਹ ਜ਼ਮਾਨਤ ਤੇ ਨੇ ਸਟੈਂਡ ਸੁਆਮੀ ਵੀ ਉਹਦੇ ਨਾਲ ਸੰਬੰਧਿਤ ਸੀ ਬਾਅਦ ਚ ਉਹਨਾਂ ਦੀ ਮੌਤ ਹੋ ਗਈ ਉਦੋਂ ਇੱਕ ਰਿਪੋਰਟ ਆਈ ਸੀ ਕਿ ਇਹਨਾਂ ਦੇ ਜਿਹੜੀਆਂ ਡਿਵਾਈਸਿਸ ਨੇ ਲੈਪਟਾਪਸ ਦੇ ਵਿੱਚ ਕਿਸ ਤਰ੍ਹਾਂ ਜਾਂਚ ਏਜੰਸੀਆਂ ਨੇ ਭਾਰਤ ਦੀਆਂ ਜਾਂਚ ਏਜੰਸੀਜ਼ ਨੇ ਉਹਦੇ ਵਿੱਚ ਈਮੇਲਸ ਇਨਸਰਟ ਕਰਤੀਆਂ ਉਹਦੇ ਵਿੱਚ ਇਹੋ ਜਿਹਾ ਡਾਟਾ ਪਾਤਾ ਜਿਹੜਾ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਦੇ ਵਿੱਚ ਇਹਨਾਂ ਜਾਂਚ ਏਜੰਸੀਆਂ ਦੇ ਕੰਮ ਆਵੇ ਕੀ ਇਸ ਤਰ੍ਹਾਂ ਦਾ ਵੀ ਹੋ ਸਕਦਾ ਕੀ ਇਹਨਾਂ ਕੋਲੇ ਸਾਰੇ ਤਰ੍ਹਾਂ ਦੇ ਵਾਰੈਂਸੀ ਕੀ ਪ੍ਰੋਸੀਜਰ ਪ੍ਰੋਪਰਲੀ ਫਾਲੋ ਕੀਤਾ ਗਿਆ ਇਹ ਸਾਰੇ ਸਵਾਲ ਵੀ ਉੱਠਣਗੇ ਖੈਰ ਭਾਰਤ ਦੇ মিডিਆ ਤੇ ਜਿਸ ਤਰ੍ਹਾਂ ਦਾ ਇਹ ਹਮਲਾ ਇਹਦੀ ਚਾਰੇ ਪਾਸਿਓਂ ਨਿਖੇਦੀ ਹੋ ਰਹੀ ਆ ਕਿਉਂਕਿ ਜਿੰਨੀ ਦੇਰ ਤੱਕ ਇਹ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਆ ਜਿਹੜਾ ਇਹ ਜਾਂਚ ਦੇ ਵਿੱਚ ਸਬੂਤ ਪੇਸ਼ ਨਹੀਂ ਕਰੂਗਾ ਜਾਂ ਕੋਰਟ ਦੇ ਵਿੱਚ ਸਾਰੇ ਇਹ ਤੱਥ ਪੇਸ਼ ਨਹੀਂ ਕਰੂਗਾ ਐਵੀਡੈਂਸ ਨਹੀਂ ਦੇਊਗਾ ਇਹ ਸਾਰੀ ਦੀ ਸਾਰੀ ਕਾਰਵਾਈ ਇੱਕ ਤਰ੍ਹਾਂ ਦੀ ਫਰਜ਼ੀ ਲੱਗਦੀ ਰਹੇਗੀ ਔਰ ਇਸ ਤਰ੍ਹਾਂ ਲੱਗੇਗਾ ਕਿ ਜਾਣ ਬੁਝ ਕੇ মিডিਆ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਤਾਂ ਕਿ ਉਹ ਆਪਣਾ ਆਜ਼ਾਦੀ ਦੇ ਨਾਲ ਕੰਮ ਨਾ ਕਰ ਸਕਣ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਪਿਛਲੇ 2 ਦਿਨਾਂ ਤੋਂ ਲਗਾਤਾਰ ਅਸੀਂ ਦੇਖ ਰਹੇ ਹਾਂ ਉਹਨਾਂ ਦੀਆਂ ਤਸਵੀਰਾਂ ਦੇਖ ਰਹੇ ਹਾਂ ਉਹਨਾਂ ਦੇ ਵੀਡੀਓਜ਼ ਜਾਰੀ ਹੋ ਰਹੇ ਨੇ ਕਿਸ ਤਰ੍ਹਾਂ ਉਹ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਵਿਖੇ ਉੱਥੇ ਜਾ ਕੇ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਲੰਗਰ ਵਰਤਾ ਰਹੇ ਨੇ ਇਸੇ ਤਰ੍ਹਾਂ ਜੋੜਾ ਘਰ ਦੇ ਵਿੱਚ ਜਾ ਕੇ ਉੱਥੇ ਜੋੜਿਆਂ ਦੀ ਸੇਵਾ ਕਰ ਰਹੇ ਨੇ ਉਹਨਾਂ ਦੀ ਸਫਾਈ ਕਰ ਰਹੇ ਨੇ ਸਬਜ਼ੀਆਂ ਕੱਟ ਰਹੇ ਨੇ ਭਾਂਡੇ ਮਾਂਦਰੇ ਨੇ ਝੂਠੇ ਉਹ ਵੀ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਜਿਹੜੀਆਂ ਰੇਲਿੰਗਸ ਲੱਗੀਆਂ ਹੋਈਆਂ ਨੇ ਪਿੱਤਲ ਦੀਆਂ ਜਾਂ 골ਡ ਪਲੇਟਿਡ ਨੇ ਉਹਨਾਂ ਨੂੰ ਲਗਾਤਾਰ ਸਾਫ਼ ਕਰ ਰਹੇ ਨੇ ਆਪ ਸਾਫ਼ ਕਰ ਰਹੇ ਨੇ ਔਰ ਨਾਲ ਦੀ ਨਾਲ ਜਿੱਥੇ ਵੀ ਉਹਨਾਂ ਦਾ ਮਨ ਚਾਹੁੰਦਾ ਜਾ ਕੇ ਪਾਣੀ ਪੀਉਣ ਲੱਗ ਜਾਂਦੇ ਨੇ ਇਹ ਸਾਰਾ ਕੁਝ ਚੱਲ ਰਿਹਾ ਔਰ ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਦੇ ਕਿਸੇ ਵੀ ਸਿਆਸਤਦਾਨ ਜਾਂ ਅਹੁਦੇਦਾਰ ਨੂੰ ਇਹ ਗੱਲ ਕਲੀਅਰ ਕਰਤੀ ਆ ਕਿ ਤੁਸੀਂ ਮੇਰੇ ਨੇੜੇ ਨਹੀਂ ਆਉਣਾ ਮੈਂ ਤੁਹਾਨੂੰ ਮਿਲ ਨਹੀਂ ਆਇਆ ਨਾ ਹੀ ਮੈਂ ਕਿਸੇ ਨਾਲ ਬੈਠਕ ਕਰਨੀ ਆ ਨਾ ਹੀ ਕਿਸੇ ਨਾਲ ਮਿਲਣਾ ਮੈਂ ਪੂਰੇ ਦਾ ਪੂਰਾ ਆਪਣਾ ਧਿਆਨ ਜਿਹੜਾ ਉਹ ਕੇਵਲ ਤੇ ਕੇਵਲ ਕੇਂਦਰਿਤ ਕਰਨਾ ਦਰਬਾਰ ਸਾਹਿਬ ਦੇ ਵਿੱਚ ਬੈਠਣਾ ਉੱਥੇ ਕੀਰਤਨ ਸੁਣਨਾ ਪਰ ਕਿਉਂਕਿ ਰਾਹੁਲ ਗਾਂਧੀ ਇੱਕ ਸਿਆਸਤਦਾਨ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਨਾਂ ਤੇ ਟਿੱਪਣੀਆਂ ਹੋਣੀਆਂ ਸੁਭਾਵਿਕ ਆ ਵੈਸੇ ਪਹਿਲੀ ਟਿੱਪਣੀ ਤਾਂ ਉਸੇ ਦਿਨ ਆ ਗਈ ਸੀ ਜਦੋਂ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੇ ਕਹਿਤਾ ਸੀ ਕਿ ਰਾਹੁਲ ਗਾਂਧੀ ਉਸ ਪਰਿਵਾਰ ਤੋਂ ਨੇ ਜਿਹੜੇ ਪਰਿਵਾਰ ਨੇ ਦਿੱਲੀ ਦੇ ਵਿੱਚ ਜਿਹੜਾ ਸਿੱਖਾਂ ਦੇ ਨਾਲ ਸਿੱਖ ਭਾਈਚਾਰੇ ਦੇ ਨਾਲ ਕਤਲੇਆਮ ਹੋਇਆ ਸੀ ਉਹ ਪਰਿਵਾਰ ਉਸ ਲਈ ਜ਼ਿੰਮੇਵਾਰ ਆ ਸੋ ਇਸ ਕਰਕੇ ਰਾਹੁਲ ਗਾਂਧੀ ਨੂੰ ਉਹ ਗੱਲ ਭੁੱਲਣੀ ਨਹੀਂ ਚਾਹੀਦੀ ਵੈਸੇ ਪਿਛਲੇ ਦਿਨਾਂ ਚ ਆਪਾਂ ਨੂੰ ਇਹ ਵੀ ਪਤਾ ਚਾਹੇ ਉਹ ਸੋਨੀਆ ਗਾਂਧੀ ਸੀ ਚਾਹੇ ਉਹ ਰਾਹੁਲ ਗਾਂਧੀ ਸੀ ਚਾਹੇ ਡਾਕਟਰ ਮਨਮੋਨ ਸਿੰਘ ਸੀ ਲਗਾਤਾਰ ਕਾਂਗਰਸ ਨੇ ਮਾਫੀਆਂ ਜ਼ਰੂਰ ਮੰਗੀਆਂ ਨੇ ਮੈਨੂੰ ਯਾਦ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਸੀ ਕਾਂਗਰਸ ਦੇ ਮੁੱਖ ਮੰਤਰੀ ਸੀ ਉਦੋਂ ਵੀ ਰਾਹੁਲ ਗਾਂਧੀ ਤੇ ਇਸੇ ਤਰ੍ਹਾਂ ਦੇ ਹਮਲੇ ਹੁੰਦੇ ਸੀ ਪਰ ਉਦੋਂ ਕਿਉਂਕਿ ਉਹ ਕਾਂਗਰਸ ਦੇ ਵਿੱਚ ਸੀ ਕੈਪਟਨ ਅਮਰਿੰਦਰ ਸਿੰਘ ਤੇ ਅਕਸਰ ਰਾਹੁਲ ਗਾਂਧੀ ਦਾ ਬਚਾਅ ਇਸ ਕਰਕੇ ਕਰਦੇ ਸੀ ਕਹਿੰਦੇ ਉਦੋਂ ਤਾਂ 13-14 ਸਾਲਾਂ ਦਾ ਸੀ ਇਹਨੂੰ ਤਾਂ ਪਤਾ ਵੀ ਨਹੀਂ ਸੀ ਸੋ ਇਸ ਨੂੰ ਤੁਸੀਂ ਉਸ ਕਤਲੇਆਮ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਇਹ ਗੱਲ ਉਦੋਂ ਕਹਿੰਦੇ ਸੀ ਖੈਰ ਹੁਣ ਉਹ ਬਚਾਅ ਕਰਦੇ ਆ ਨਹੀਂ ਕਰਦੇ ਆ ਇਹ ਵੱਖਰੀ ਗੱਲ ਹੈ ਕਿ ਕਿ ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਹੋ ਸਕਦਾ ਉਹਨਾਂ ਦੀ ਬੋਲੀ ਵੱਖਰੀ ਹੋਵੇ ਪਰ ਇੱਕ ਗੱਲ ਜ਼ਰੂਰ ਆ ਕਿ ਇਸ ਫੇਰੀ ਨੇ ਰਾਹੁਲ ਗਾਂਧੀ ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਦੇ ਝੋਨਾ ਲਾਉਣ ਲੱਗ ਜਾਂਦੇ ਆ ਕਦੇ ਟਰੈਕਟਰ ਤੇ ਚੜ ਜਾਂਦੇ ਨੇ ਕਿਤੇ ਜਾ ਕੇ ਕਿਸੇ ਨਾਲ ਰੋਟੀ ਖਾਣ ਲੱਗ ਜਾਂਦੇ ਨੇ ਕਿਸੇ ਮੋਟਰਸਾਈਕਲ ਤੇ ਬਹਿ ਜਾਂਦੇ ਨੇ ਕਦੇ ਟਰੱਕ ਦੇ ਵਿੱਚ ਚੜ ਕੇ ਉੱਥੇ ਕਹਿੰਦੇ ਆ ਸ਼ੁਭਦੀਪ ਸਿੰਘ ਸਿੱਧੂ ਦੇ ਜਾਂ ਸਿੱਧੂ ਮੂਸੇਵਾਲੇ ਦੇ ਮੈਨੂੰ ਗਾਣੇ ਸੁਣਾ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਕੁਲੀ ਬਣ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਖਾਸ ਤੌਰ ਤੇ ਜਦੋਂ ਤੋਂ ਭਾਰਤ ਜੋੜੋ ਯਾਤਰਾ ਹੋਈਆ ਉਸ ਤੋਂ ਬਾਅਦ ਰਾਹੁਲ ਗਾਂਧੀ ਦਾ ਉਭਾਰ ਲਗਾਤਾਰ ਦੇਖਿਆ ਜਾ ਰਿਹਾ ਤੁਸੀਂ ਇਹੀ ਨਹੀਂ ਈਵਨ ਕਿ ਸੋਸ਼ਲ ਮੀਡੀਆ ਤੇ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਇੱਕ YouTube ਚੈਨਲ ਲਾਂਚ ਕੀਤਾ ਪਰ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਊਗੀ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰਿਆਂ ਨੂੰ ਅਪੀਲ ਕਰ ਰਹੇ ਸੀ ਕਿ ਬੈਲ ਆਈਕਨ ਦਬਾਓ ਮੈਨੂੰ ਸਬਸਕ੍ਰਾਈਬ ਕਰੋ ਮੇਰੇ ਵੀਡੀਓ ਸ਼ੇਅਰ ਕਰੋ ਹਜੇ ਤੱਕ ਜਿਸ ਤਰ੍ਹਾਂ ਦੇ ਵਿਊਜ਼ ਦੀ ਉਹਨਾਂ ਨੂੰ ਲੋੜ ਆ ਜਿੰਨੇ ਸਾਨੂੰ ਲੱਗਦਾ ਸੀ ਜਾਂ ਉਮੀਦ ਸੀ ਕਿ ਉਹਨਾਂ ਦੇ ਲੱਖਾਂ ਦੇ ਵਿੱਚ ਜਾਣਗੇ ਕਿਉਂਕਿ ਫਾਲੋਅਰਸ ਬਹੁਤ ਆ ਉਹਨਾਂ ਦੇ ਉਸ ਤਰ੍ਹਾਂ ਦੇ ਵਿਊਜ਼ ਉਹਨਾਂ ਨੂੰ ਮਿਲ ਨਹੀਂ ਰਹੇ ਤੇ ਦੂਸਰੇ ਪਾਸੇ ਤੁਸੀਂ ਦੇਖੋ ਰਾਹੁਲ ગાંધી ਨੂੰ ਬਹੁਤ ਵਿਊਜ਼ ਮਿਲ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਤੇ ਇਸੇ ਤਰ੍ਹਾਂ ਆਮ ਜਨਤਾ ਦੇ ਵਿੱਚ ਜਦੋਂ ਉਹ ਰੈਲੀਆਂ ਕਰਦੇ ਨੇ ਉੱਥੇ ਵੀ ਬਹੁਤ ਭੀੜ ਲੱਗ ਰਹੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਦੱਸਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਵੀ ਗਏ ਨੇ ਮੱਧ ਪ੍ਰਦੇਸ਼ ਵੀ ਗਏ ਨੇ ਔਰ ਇਹ తెలంగాణਾ ਵੀ ਗਏ ਨੇ ਬਹੁਤ ਸਾਰੀਆਂ ਥਾਵਾਂ ਤੇ ਖਾਲੀ ਕੁਰਸੀਆਂ ਵੀ ਵੇਖਣ ਨੂੰ ਮਿਲੀਆਂ ਇਹ ਗੱਲ ਵੱਖਰੀ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਕਬੂਲ ਨਹੀਂ ਕਰੂਗੀ ਸੋ ਇਹ ਸਾਰੀਆਂ ਗੱਲਾਂ ਜਦੋਂ ਆਉਂਦੀਆਂ ਨੇ ਤੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਹੁੰਦੀ ਆ ਤੇ ਫਿਰ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੂੰ ਲੱਗਦਾ ਕਿ ਇਸ ਵਿਅਕਤੀ ਤੇ ਜਾਂ ਰਾਹੁਲ ਗਾਂਧੀ ਤੇ ਹਮਲਾ ਕਿਹੜੇ ਪਾਸਿਓਂ ਕਰੀਏ ਇੱਕ ਗੱਲ ਤਾਂ ਸਾਰਿਆਂ ਨੇ ਕਰ ਹੀ ਦਿੱਤੀ ਆ ਹੁਣ ਦੂਸਰੇ ਹਮਲੇ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ ਮੈਂ ਮਨਪ੍ਰੀਤ ਰੰਦਾਵਾ ਤੇ ਇੱਕ ਅਪੀਲ ਫੇਰ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਅਸੀਂ ਵੀ ਚਾਹੁੰਦੇ ਆ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਤਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ